ਕਾਰਨ ਲਗੇ ਕਰਫਿਊ ਦੌਰਾਨ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਨੌਰਥ ਵਿਖੇ ਜ਼ਰੂਰਤਮੰਦ ਲੋਕਾਂ ਵਿੱਚ ਰਾਸ਼ਨ ਅਤੇ ਲੰਗਰ ਪਹੁੰਚਾਉਣ ਦਾ ਕੰਮ ਵਿਧਾਇਕ ਸੁਨੀਲ ਦੱਤੀ ਦੀ ਅਗਵਾਈ ਹੇਠ ਤੇਜ਼ੀ ਨਾਲ ਜਾਰੀ ਹੈ। ਵਿਧਾਇਕ ਸੁਨੀਲ ਦੱਤੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਰੂਰਤਮੰਦਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਏਗੀ। ਲੋੜਵੰਦ ਕਿਸੇ ਵੀ ਸਹਾਇਤਾ ਲਈ ਉਹਨਾਂ ਨੂੰ ਸੰਪਰਕ ਕਰ ਸਕਦੇ ਹਨ। ਘਰ ਘਰ ਵੀ ਰਾਸ਼ਨ ਭੇਜ ਰਹੇ ਹਾਂ, ਡਰਾਈ ਰਾਸ਼ਨ ਜਿਹੜਾ ਸਰਕਾਰ ਵੱਲੋਂ ਵੀ ਅੱਜ ਤੋਂ ਸ਼ੁਰੂ ਹੋ ਗਿਆ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ, ਦੇਖੋ ਇਹ ਗੁਰੂਆਂ ਦੀ ਨਗਰੀ ਆ, ਪੰਜਾਬ ਐਗਰੀਕਲਚਰ ਪ੍ਰਧਾਨ ਤੇ ਸੂਬਾ ਆ ਜਿੰਨੇ ਦੇਸ਼ ਦੇ ਭੰਡਾਰ ਭਰੇ ਆ, ਇੱਥੇ ਕੋਈ ਭੁੱਖਾ ਨਹੀਂ ਸੋਏਗਾ, ਇਹ ਕੈਪਟਨ ਸਾਹਿਬ ਦਾ ਵਚਨ ਹੈ। ਔਰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦਾ, ਇਹ ਗੁਰੂ ਦੀ ਨਗਰੀ ਹੈ, ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਆ, ਲੰਗਰ ਪ੍ਰਥਾ ਵੀ ਇੱਥੋਂ ਚੱਲੀ ਹੈ ਔਰ ਇੱਥੇ ਨਹੀਂ ਕੋਈ ਭੁੱਖਾ ਸੋ ਰਿਹਾ। ਜੇ ਤੁਹਾਨੂੰ ਕੋਈ ਪਤਾ ਲੱਗਦਾ ਸਾਨੂੰ ਦੱਸੋ, ਅਸੀਂ ਆਪ ਪਹੁੰਚਦੇ ਹਾਂ। ਦੇਖੋ ਮੈਂ ਦਾਸ ਨੇ ਕੋਈ ਜਿਸ ਤਰ੍ਹਾਂ ਮੈਨੂੰ ਠੀਕ ਲੱਗਾ ਕਿ ਠੀਕ ਹੈ, ਕਈਆਂ ਘਰ ਰਾਸ਼ਨ ਨਹੀਂ ਪਹੁੰਚਦਾ, ਕਈ ਨਹੀਂ ਲਿਜਾ ਸਕਦੇ, ਹਰ ਵਾਰਡ ਦੇ ਵਿੱਚ ਦੋ ਦੋ, ਇੱਕ ਇੱਕ, ਤਿੰਨ ਤਿੰਨ ਕਈਆਂ ਵਾਰਡਾਂ ਦੇ ਵਿੱਚ ਲੰਗਰ ਲਗਾ ਦਿੱਤੇ ਗਏ ਨੇ। ਜਿਹੜੇ ਸਲਾਮਜ਼ ਨੇ ਉੱਥੇ ਮੈਂ ਤਿੰਨ ਤੋਂ ਚਾਰ ਵੀ ਲਗਾ ਦਿੱਤੇ ਨੇ ਜੀ, ਔਰ ਇਹ ਲਗਭਗ ਮੈਂ ਲਿਸਟ ਵੀ ਫੇਸਬੁੱਕ 'ਤੇ ਡਾਲੀ ਹੈ, ਕੋਈ 18 ਉਦੋਂ ਸੀ, ਅੱਜ 25 ਹੋ ਗਏ ਨੇ, 25 ਲੰਗਰ ਚੱਲ ਰਹੇ ਨੇ। ਜਿਹੜਾ ਮਰਜ਼ੀ ਜਾ ਕੇ ਚੈੱਕ ਵੀ ਕਰ ਸਕਦਾ ਜੀ, ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਬਕਾਇਦਾ ਉੱਥੇ ਰਾਸ਼ਨ ਪਹੁੰਚ ਰਿਹਾ। ਮੈਂ ਇੰਨਾ ਹੀ ਕਹਾਂਗਾ ਕਿ ਜਿੰਨੇ ਸਾਡੇ ਵਲੰਟੀਅਰ ਨੇ ਕਿ ਆਪਣਾ ਹੱਥ ਧੋਣ ਔਰ ਬਿਲਕੁਲ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਇਹਨੂੰ ਜਿਹੜਾ ਲਾਗੂ ਕਰਕੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰਾਸ਼ਨ ਦੀ ਸਪਲਾਈ ਕਰੋ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਾਰਜ ਤੇਜ਼ੀ ਨਾਲ ਜਾਰੀ ਹਨ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਨੌਰਥ ਵਿੱਚ ਵਿਧਾਇਕ ਸੁਨੀਲ ਦੱਤੀ ਵੱਲੋਂ ਕਰਾਏ ਜਾ ਰਹੇ ਬਚਾਵ ਕਾਰਜਾਂ ਦੇ ਤਹਿਤ ਪੂਰੇ ਵਿਧਾਨ ਸਭਾ ਹਲਕਾ ਉੱਤਰੀ ਵਿੱਚ ਸੈਨੇਟਾਈਜੇਸ਼ਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਮਸ਼ੀਨਾਂ ਰਾਹੀਂ ਸਾਰਾ ਇਲਾਕਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਕੰਮ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ। ਛੋਟੇ ਇਲਾਕਿਆਂ 'ਚ ਟੀਮਾਂ ਵੱਲੋਂ ਸੈਨੇਟਾਈਜੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਸੋ ਮੈਂ ਬੇਨਤੀ ਕਰ ਲਾਂਗਾ ਕਿ ਮੈਂ ਆਪਣੇ ਨੌਰਥ ਹਲਕੇ ਦੇ ਵਿੱਚ ਸੈਨੀਟਾਈਜ਼ ਕਰਨ ਲਈ ਅੱਜ ਮਸ਼ੀਨ ਦੀ ਜੋ ਸ਼ੁਰੂ ਕੀਤੀ ਹੈ ਐਗਰੀਕਲਚਰ ਫਾਰਮ ਦੇ ਵਿੱਚ ਜੀ, ਇਹ ਮਸ਼ੀਨ ਸਪਰੇ ਕਰਦੀ ਹੈ 40-45 ਫਿੱਟ ਇੱਕ ਸਾਈਡ 'ਤੇ ਨੋਜ਼ਲ ਦੀ ਜਾਂਦੀ ਹੈ, 45 ਫਿੱਟ ਇੱਕ ਸਾਈਡ 'ਤੇ, ਔਰ ਉਹਦੀ ਸ਼ੁਰੂਆਤ ਸਿਵਲ ਲਾਈਨ ਤੋਂ ਕੀਤੀ ਹੈ ਔਰ ਸਾਰਾ ਆਲਮੋਸਟ ਹਲਕਾ ਪਹਿਲਾਂ ਤਕਰੀਬਨ ਹੋ ਚੁੱਕਿਆ। ਕਈਆਂ ਗਲੀਆਂ ਤੱਕ ਜਿੱਥੇ ਨਹੀਂ ਪਹੁੰਚਿਆ ਅਸੀਂ ਉਹ ਭੇਜ ਰਿਹਾ। ਮੈਂ ਅੱਜ ਮੇਰਾ ਬੇਟਾ ਦਿੱਤਿਆ ਦੱਤੀ ਔਰ ਸੋਨੂ ਦੱਤੀ ਕੌਂਸਲਰ ਸਿਵਲ ਲਾਈਨ ਏਰੀਆ ਦੇ ਵਿੱਚ ਜੋ ਲੈ ਕੇ ਗਏ ਮਸ਼ੀਨ ਸਪਰੇ ਕੀਤਾ, ਛੋਟੀਆਂ ਟੀਮਾਂ ਵੀ ਲੱਗੀਆਂ ਨੇ ਗਲੀ ਮੁਹੱਲੇ ਦੇ ਵਿੱਚ।